ਤਾਂ ਪਾਕਿਸਤਾਨ ਦੇ ਲਾਹੌਰ ਦੇ ਵਿੱਚ ਸ਼ਾਦਮਾਨ ਚੌਂਕ ਦਾ ਨਾਮ ਸ਼ਿਦਿਆਜਮ ਭਗਤ ਸਿੰਘ ਨਾਮ ਦੇ ਨਾਮ ਤੇ ਰੱਖਣ ਦੇ ਉੱਤੇ ਲਗਾਤਾਰ ਇੱਕ ਉਥੇ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਇਸ ਤੋਂ ਇਲਾਵਾ ਪ੍ਰਤਿਮਾ ਜਿਹੜੀ ਸ਼ਹੀਦ ਆਜ਼ਮ ਭਗਤ ਸਿੰਘ ਹੁਣਾਂ ਦੀ ਉਹ ਵੀ ਉੱਥੇ ਲਾਉਣੀ ਹੈ ਤੇ ਇਸ ਨੂੰ ਲੈ ਕੇ ਵੀ ਵਿਵਾਦ ਹੈ ਤਾਂ ਲਗਾਤਾਰ ਉਹਨਾਂ ਦੇ ਸਾਫ ਕਾ ਫੌਜੀ ਅਧਿਕਾਰੀ ਵੀ ਟਿੱਪਣੀਆਂ ਕਰਦੇ ਰਹਿੰਦੇ ਨੇ ਪਰ ਹੁਣ ਹਾਲੀ ਦੇ ਵਿੱਚ ਇਹ ਕਾਲ ਫਲਾਮਾ ਦਾਇਰ ਕੀਤਾ ਹੈ ਪਾਕਿਸਤਾਨ ਦੀ ਸਰਕਾਰ ਨੇ ਪਾਕਿਸਤਾਨ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਲਾਹੌਰ ਹਾਈ ਕੋਰਟ ਦੇ ਵਿੱਚ ਤਾਂ ਉਸ ਦੇ ਵਿੱਚ ਬਕਾਇਦਾ ਤੌਰ ਤੇ ਉਹਨਾਂ ਨੇ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਇੱਕ ਅਤਵਾਦੀ ਵਜੋਂ ਦਰਸਾਇਆ ਹੈ ਤਾਂ ਮੈਂ ਅੰਮ੍ਰਿਤ ਬਾਰਲਮੈਂਟ ਗੁਰਜੀਤ ਸਿੰਘ ਔਇਲਾ ਕਾਫੀ ਜੋ ਐਕਟਿਵ ਨੇ ਇਸ ਮਾਮਲੇ ਦੇ ਉੱਤੇ ਲਗਾਤਾਰ ਆਪਣੇ ਉਹ ਬਾਤ ਸਾਂਝੀ ਕਰਦੇ ਨੇ ਡਾ ਉਹਲਾ ਸਾਹਿਬ ਸ਼ਹੀਦ ਆਜੂ ਭਗਤ ਸਿੰਘ ਤਸਵੀਰ ਵੀ ਤੁਹਾਡੇ ਆਫਿਸ ਦੇ ਵਿੱਚ ਲੱਗੀ ਹੈ ਤੁਸੀਂ ਸਜਦਾ ਵੀ ਕਰਦੇ ਹੋ ਉਹਨਾਂ ਨੂੰ ਅੱਤਵਾਦੀ ਦੱਸਿਆ ਗਿਆ ਹੈ ਕਾਲ ਫਰਨਾਮੇ ਦੇ ਵਿੱਚ ਕੀ ਕਹਿਣਾ ਚਾਹੁੰਦੇ ਕਿੰਨੀ ਇਸ ਗੱਲ ਨੂੰ ਤੁਸੀਂ ਮੰਨਦੇ ਹੋ ਕਿਸ ਤਰ੍ਹਾਂ ਦੀ ਕਾਰਵਾਈ ਬਹੁਤ ਦੁੱਖ ਹੋਇਆ ਔਰ ਬਹੁਤ ਨਿੰਦਣ ਵਾਲਾ ਕੰਮ ਪਾਕਿਸਤਾਨ ਨੇ ਕੀਤਾ ਹੈ ਪਹਿਲਾਂ ਅਸੀਂ ਵੇਖਿਆ ਸੀ ਕਦੀ ਉਹ ਇਹੋ ਜੀ ਗੱਲ ਹੁੰਦੀ ਨਹੀਂ ਸੀ ਉੱਥੇ ਬੜੇ ਸਤਕਾਰ ਨਾਲ ਨਾਂ ਲਿਆ ਜਾਂਦਾ ਹੈ ਪਰ ਇਸ ਸਰਕਾਰ ਨੇ ਉਹਨਾਂ ਦੇ ਜਿਹੜੇ ਅੰਦਰੂਨ ਮਸਤੂਬੇ ਨੇ ਉਹ ਖਲੀਅਰ ਕਰ ਦਿੱਤੇ ਨੇ ਇਕ ਚੌਂਗ ਦੇ ਨਾਂ ਤੇ ਸ਼ਹੀਦਾਂ ਭਗਤ ਸਿੰਘ ਦਾ ਨਾਂ ਰੱਖਣਾ ਸੀ ਉੱਥੋਂ ਦੀ ਸੰਸਥਾ ਨੇ ਕੋਰਟ 'ਚ ਕੇਸ ਕੀਤਾ ਵੀ ਸਰਕਾਰ ਰੱਖਣ ਨਹੀਂ ਦਿੰਦੀ ਔਰ ਉੱਥੇ ਇਹਨਾਂ ਨੇ ਹਲਫਨਾਮਾ ਦਾਇਰ ਕੀਤਾ ਕਿ ਉਹ ਅਤਵਾਦੀ ਸੀ ਭੁੱਲ ਗਏ ਪਾਕਿਸਤਾਨ ਵਾਲੇ ਕਿ ਜਦੋਂ ਦੇਸ਼ ਜਾਦ ਹੋਇਆ ਇਕੱਠਾ ਸੀ ਔਰ ਕੱਟਿਆਂ ਲੜਾਈ ਲੜੀ ਔਰ ਉਹਨਾਂ ਦੀਆਂ ਕੁਰਬਾਨੀਆਂ ਕਰਕੇ ਤੁਸੀਂ ਅੱਜ ਜਿਹੜਾ ਆਜ਼ਾਦੀ ਦਾ ਅਹਿਸਾਸ ਜਿਹੜਾ ਉਹ ਤੁਹਾਨੂੰ ਹੈ ਔਰ ਉਹਦੇ ਕਰਕੇ ਤੁਹਾਡਾ ਦੇਹਜਾਦ ਹੈ ਮੈਂ ਇਸ ਗੱਲ ਦੀ ਕਰੜੇ ਸ਼ਬਦਾਂ ਦੇ ਵਿੱਚ ਨਿੰਦਿਆ ਕਰਦਾ ਹਾਂ ਔਰ ਪਾਕਿਸਤਾਨ ਨੇ ਬੜੀ ਘਟਿਆ ਸੋ ਜਿਹੜੀ ਹੈ ਉਹ ਲੋਕਾਂ ਸਾਹਮਣੇ ਆਪਣੀ ਲੈ ਕੇ ਆਏ ਆ ਔਰ ਮੈਂ ਆਪਣੇ ਦੇਸ਼ ਤੋਂ ਵੀ ਮੰਗ ਕਰਦਾ ਆਪਣੇ ਪ੍ਰਧਾਨ ਮੰਤਰੀ ਜੀ ਤੋਂ ਮੰਗ ਕਰਦਾ ਔਰ ਖਾਸ ਕਰਕੇ ਜਿਹੜੇ ਵਿਦੇਸ਼ ਮੰਤਰੀ ਜੈ ਸ਼ੰਕਰ ਜੀ ਹੈ ਕਿਉਂਕਿ ਕੁਝ ਦਿਨ ਪਹਿਲਾਂ ਹੀ ਹੋ ਕੇ ਜੈ ਸ਼ੰਕਰ ਜੀ ਉੱਥੋਂ ਆਏ ਉਹ ਇਹਦਾ ਸੰਕੇਤ ਲੈਣ ਉਹਨਾਂ ਨੇ ਮਜਬੂਰ ਕਰਨ ਕਿ ਉਹ ਇਸ ਮੁੱਦੇ ਦੇ ਉੱਤੇ ਪਾਕਿਸਤਾਨ ਜਿਹੜਾ ਉਹ ਮਾਫੀ ਮੰਗੇ ਪੁਲਸਾਬ ਤੁਸੀਂ ਤੇ ਵਿਦੇਸ਼ ਮੰਹਾਲੀ ਦੇ ਵਿੱਚ ਇੱਕ ਕਮੇਟੀ ਬੜੀ ਹੈਵੀ ਪਾਵਰ ਕਮੇਟੀ ਬਣੀ ਵਿਦੇਸ਼ ਮਾਮਲਿਆਂ ਬਾਰੇ ਤਾਂ ਚਲੋ ਉਸ ਦੇ ਵਿੱਚ ਮੀਟਿੰਗ ਡਿਸਕਸ ਹੋਈ ਨਹੀਂ ਬਟ ਤੁਹਾਨੂੰ ਲੱਗਦਾ ਕਿ ਭਾਰਤ ਸਰਕਾਰ ਨੂੰ ਇਸ ਦੇ ਉੱਤੇ ਜਿਸ ਲੈਵਲ ਤੇ ਹੁੰਦਾ ਦਖਲ ਦੇ ਕੇ ਪਾਕਿਸਤਾਨ ਸਰਕਾਰ ਨੂੰ ਦਬਾਅ ਪਾਉਣਾ ਜਿਹਦਾ ਮਾਫੀ ਮੰਗਣੀ ਚਾਹੀਦੀ ਹੈ ਬਿਲਕੁਲ ਮਾਫੀ ਮੰਗਾਉਣੀ ਚਾਹੀਦੀ ਹੈ ਉਹਨਾਂ ਤੋਂ ਪੂਰਾ ਦਬਾਅ ਪਾਉਣਾ ਜਿਹਦਾ ਅੰਤਰਰਾਸ਼ਟਰੀ ਪੱਤਰ ਦੇ ਉੱਤੇ ਕਿ ਸਾਡੇ ਏਡੇ ਵੱਡੇ ਜਾਂਬਾਜ਼ ਸ਼ਹੀਦ ਹੋਏ ਆ ਔਰ ਉਹਨਾਂ ਦਾ ਤੁਸੀਂ ਮਤਲਬ ਤੁਹਾਡੇ ਦਿਲਾਂ ਦੇ ਵਿੱਚ ਕਿੰਨੀ ਖੋਟ ਹੈ ਉਹ ਚੀਜ਼ਾਂ ਜੇਕਰ ਹੋ ਕੇ ਸਾਹਮਣੇ ਆ ਇਹ ਤਾਂ ਅਸੀਂ ਮੰਨਦੇ ਕਿ ਤੁਸੀਂ ਹੱਤ ਬਾਤ ਫ ਔਰ ਮਨਸੂਬਿਆਂ ਦੇ ਵਿੱਚ ਸ਼ਹੀਦਾਂ ਨੂੰ ਵੀ ਇੱਤਿਹਾਤ ਕਹੋਗੇ ਸੋਚਿਆ ਨਹੀਂ ਸੀ ਔਰ ਇਹ ਬਹੁਤ ਘਟੀਆ ਸੋਚ ਔਰ ਇਹ ਕਲੜੇ ਸ਼ਬਦਾਂ ਚ ਅਸੀਂ ਇਹਦੀ ਨਿੰਦਿਆ ਕਰਦੇ ਹਾਂ ਸਰਪ ਹੁਣ ਅਸੀਂ ਪੰਜਾਬ ਦੇ ਲੋਕਲ ਮੁੱਦਿਆਂ ਦੇ ਉੱਤੇ ਅਸੀਂ ਪ੍ਰੈਸ ਕਾਨਫਰੰਸ ਅੱਜ ਕੀਤੀ ਬਟ ਮੈਂ ਜਿਹੜੇ ਸਵਾਲ ਤੁਹਾਡੇ ਕੋਲ ਜਾਨਣਾ ਚਾਹੁੰਦਾ ਸੀ ਕਿ ਕਿਸਾਨਾਂ ਨੂੰ ਇਸ ਵਾਰ ਲੰਬਾ ਐਜੀਟੇਸ਼ਨ ਕਰਨਾ ਪਿਆ ਅਜੇ ਵੀ ਚੱਲ ਰਿਹਾ ਕੇਂਦਰ ਵੱਲੋਂ ਪੰਜਾਬ ਦੇ ਵਿੱਚੋਂ ਚੋਲ ਨਹੀਂ ਚੁੱਕੇ ਜਾ ਰਹੇ ਇਸ ਅੰਦੇ ਰੋਪ ਵੀ ਲੱਗਦੇ ਰਹੇ ਆਰਥਿਕ ਸੰਘਰਸ਼ ਦੇ ਉੱਤੇ ਆਏ ਕਿਤੇ ਕਿਸਾਨੀ ਅੰਦੋਲਨ ਕਰਕੇ ਇਸ ਤਰ੍ਹਾਂ ਤਾਂ ਨਹੀਂ ਕਿ ਜੋ ਕਿਸਾਨਾਂ ਦੇ ਖਾਚੇ ਨੇ ਕਿ ਸੱਚਮੁੱਚ ਪੰਜਾਬ ਨੂੰ ਕਿਤਨਾ ਕਿਤੇ ਇਗਨੋਰ ਕੀਤਾ ਜਾ ਰਿਹਾ ਹੈ ਕਿ ਇਹ ਐਜੀਟੇਸ਼ਨ ਤੋਂ ਹਾਰ ਹੀ ਜਾਣ ਤਦ ਕਰਕੇ ਜਿਹੜਾ ਝੋਨੇ ਦਾ ਸੀਜ਼ਨ ਸੀ ਇਸ ਨੂੰ ਡਿਸਟਰਬ ਕੀਤਾ ਗਿਆ ਦੇਖੋ ਦੋਨਾਂ ਦੀ ਗਲਤੀ ਹੈ ਇਹਨਾਂ ਤੇ ਪੰਜਾਬ ਸਰਕਾਰ ਦੀ ਗਲਤੀ ਹੈ ਕਿ ਜਦੋਂ ਇਹਨਾਂ ਨੂੰ ਪਤਾ ਸੀ ਝੋਨਾ ਆਉਣਾ ਹੈ ਉਹ ਤੇ ਉਹਨਾਂ ਦਾ ਤੇ ਉਹਨਾਂ ਨਾਲ ਤੇ ਕੀ ਅਸੀਂ ਗਿਲਾ ਕਰਨਾ ਕਿਉਂਕਿ ਉਹਨਾਂ ਦੀਆਂ ਤੇ ਚਾਲਾਂ ਹਮੇਸ਼ਾ ਦੇਸ਼ ਪੰਜਾਬ ਵਿਰੋਧੀ ਰਹੀਆਂ ਨੇ ਹਮੇਸ਼ਾ ਇਦਾਂ ਦੀਆਂ ਚਾਲਾਂ ਚੱਲਦੇ ਨੇ ਔਰ ਉਹਨਾਂ ਨੇ ਤੇ ਇਸ ਕਰਕੇ ਨਹੀਂ ਚੱਕਿਆ ਕਿ ਸਾਨੂੰ ਪਰੇਸ਼ਾਨੀ ਹੋਊਗੀ ਔਰ ਪੰਜਾਬ ਸਰਕਾਰ ਵੀ ਸੁੱਤੀ ਸੀ ਇੰਨਾ ਕਦੀ ਕਿਸੇ ਨੇ ਗੱਲ ਨਹੀਂ ਕੀਤੀ ਇਹ ਸਾਰੇ ਲੋਕਾਂ ਨੂੰ ਸਾਰੀਆਂ ਪਾਰਟੀਆਂ ਨੂੰ ਬੁਲਾਉਂਦੇ ਕਿ ਆਹ ਹਾਲਾਤ ਨੇ ਇਹਨਾਂ ਨੂੰ ਤਾਂ ਜਾਗ ਹੀ ਉਦੋਂ ਆਏ ਜਦੋਂ ਚੋਨਾ ਬਿਲਕੁਲ ਚੁੱਕਣ ਵਾਲਾ ਸੀ ਤੇ ਉਹਨਾਂ ਨੇ ਕਹਿਤਾ ਸ਼ੰਦਲਾਣਾ ਕਿ ਸਾਡੇ ਚੋਲ ਨਹੀਂ ਚੱਕੇ ਫਿਰ ਜਾ ਕੇ ਜਾਗੇ ਨੇ ਔਰ ਇਹ ਇੱਕ ਸਾਜ਼ਿਸ਼ ਦੇ ਤਹਿਤ ਚੋਨਾ ਕੇਂਦਰ ਸਰਕਾਰ ਨੇ ਨਹੀਂ ਚੱਕਿਆ ਕਦੀ ਹੋ ਸਕਦਾ ਕਿ ਕਿਸੇ ਵੀ ਆਦਮੀ ਦੀ 44000 ਕਰੋੜ ਦੀ ਕੋਈ ਫਸਲ ਕਿਸ ਤੇ ਪਈ ਹੋਵੇ ਤੁਹਾਨੂੰ ਮਤਲਬ ਪਤਾ ਹੀ ਨਹੀਂ ਹੋਵੇ ਕਿ ਮੇਰੀ 44000 ਕਰੋੜ ਦੀ ਫਸਲ ਉੱਥੋਂ ਵੀ ਚੱਕਣ ਵਾਲੀ ਔਰ ਹੁਣ ਦੇਖੋ ਜਿਹੜੇ ਚੌਲ ਗਏ ਵੀ ਨੇ ਉਹ ਘਟਿਆ ਮਕਤਾਰ ਦੇ ਹੋਏ ਕਿਉਂਕਿ ਪਏ ਪਏ ਚੌਲ ਖਰਾਬ ਹੋ ਜਾਂਦੇ ਉਹ ਵੀ ਨਾ ਉਹਨਾਂ ਨੇ ਕਰਨਾਟਕ ਸਰਕਾਰ ਨੇ ਲਏ ਸੈਂਪਲ ਫੇਲ ਹੋ ਗਏ ਬਿਲਕੁਲ ਸੋ ਇਹਦੇ ਤੇ ਕੇਂਦਰ ਸਰਕਾਰ ਦਾ ਜਿਹੜੇ ਘਟਿਆ ਮਨਸੂਬੇ ਨੇ ਉਹ ਜਾਗਰ ਹੁੰਦੇ ਨੇ ਉਹਨਾਂ ਸਾਬ ਜਿਹੜੀ ਜਿਵੇਂ ਕਿਸਾਨਾਂ ਦਾ ਇਹ ਖਰਚਾ ਹੈ ਕਿ ਪੰਜਾਬ ਦੇ ਵਿੱਚ ਜਦੋਂ ਹਰੀ ਕ੍ਰਾਂਤੀ ਹੋਈ ਹੈ ਪੰਜਾਬ ਦੇ ਵਿੱਚ ਜੋ ਅਨਾਜ ਦੀ ਜਰੂਰਤ ਸੀ ਉਹ ਪੰਜਾਬ ਦੇ ਕਿਸਾਨਾਂ ਨੇ ਆਪਣੀ ਅਨਾਜ ਦਿੱਤਾ ਦੇਸ਼ ਨੂੰ ਬਟ ਹੁਣ ਦੇਸ਼ ਦੇ ਬਾਕੀ ਸੂਬਿਆਂ ਦੇ ਵਿੱਚ ਉਹ ਅਨਾਜ ਦੀ ਪੂਰਤੀ ਹੋ ਜਾਂਦੀ ਆ ਕਣਕ ਵੀ ਆਈ ਜਾ ਰਹੀ ਹੈ ਜਿਵੇਂ ਐਮਪੀਆ ਜਾਂ ਉੱਤਰ ਪ੍ਰਦੇਸ਼ ਦੇ ਕੁਝ ਆ ਤਾਂ ਇਸ ਕਰਕੇ ਕਿਸਾਨਾਂ ਦਾ ਖਾਚਾ ਕਿ ਹੁਣ ਪੰਜਾਬ ਨੂੰ ਜਾਣ ਬੁੱਝ ਕੇ ਕਿ ਪੰਜਾਬ ਦਾ ਕਿਸਾਨ ਭਾਰਤੀ ਜਨਤਾ ਪਾਰਟੀ ਦੇ ਉਲਟ ਚੱਲਦਾ ਭਾਰਤੀ ਜਨਤਾ ਪਾਰਟੀ ਇੱਥੇ ਸਟੈਂਡ ਨਹੀਂ ਹੋ ਪੁੰਦੀ ਇਸ ਕਰਕੇ ਕਿਸਾਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਬਿਲਕੁਲ ਦੇਖੋ ਜਿਹੜਾ ਪੰਜਾਬ ਦਾ ਕਿਸਾਨ ਉਲਟ ਨਹੀਂ ਚੱਲਦਾ ਪੰਜਾਬ ਦਾ ਕਿਸਾਨ ਆਪਣੇ ਹੱਕਾਂ ਦੀ ਗੱਲ ਕਰਦਾ ਹੈ ਕਿਉਂਕਿ ਦੇਸ਼ ਦਾ ਕਿਸਾਨ ਬਹੁਤ ਗਰੀਬ ਹੈ ਉਹਦੇ ਕੋਲ ਇਹਨੇ ਸਾਧਨ ਨਹੀਂ ਹੈਗੇ ਇਸ ਕਰਕੇ ਉਹਨਾਂ ਜੋ ਬਹੁਤ ਜਿਆਦਾ ਮਤਲਬ ਦੂਰ ਅੰਦੇਸ਼ੀ ਵਾਲੀ ਸੋਚ ਵੀ ਘੱਟ ਹੋਣ ਕਰਕੇ ਉਹ ਕਿ ਕੋਈ ਆਰਥਿਕ ਤੌਰ ਤੇ ਬਹੁਤ ਕਮਜ਼ੋਰ ਨਹੀਂ ਉਹ ਗੱਲ ਨਹੀਂ ਕਰ ਸਕਦੇ ਪੰਜਾਬ ਦਾ ਕਿਸਾਨ ਕਿਉਂਕਿ ਸ਼ੁਰੂ ਤੋਂ ਹੀ ਅਗਾਹ ਵੱਧੂ ਸੋਚ ਦਾ ਮਾਲਕ ਹੈ ਔਰ ਹਮੇਸ਼ਾ ਹੀ ਇਹਨਾਂ ਨੇ ਬੜੀ ਸਖਤ ਮਿਹਨਤ ਦੇ ਨਾਲ ਦੇਸ਼ ਨੂੰ ਬੜਾ ਵੱਡਾ ਨਾਜ ਭੰਡਾਰ ਦੇ ਵਿੱਚ ਆਪਣਾ ਹਿੱਸਾ ਪਾਇਆ ਪਰ ਅੱਜ ਉਹ ਸਾਰੀਆਂ ਚੀਜ਼ਾਂ ਸਮਝਦੇ ਔਰ ਇਹ ਉਹਨਾਂ ਨੂੰ ਅਲੱਗ-ਅਲੱਗ ਤਰੀਕੇ ਦੇ ਨਾਲ ਮਤਲਬ ਬੁਲਾਉਂਦੇ ਵੀ ਨੇ ਮਾੜਾ ਚੰਗਾ ਵੀ ਉਹਨਾਂ ਨੂੰ ਕਹਿੰਦੇ ਨੇ ਪਰ ਉਹਦੀ ਮੰਗ ਕੋਈ ਨਜਾਇਜ਼ ਨਹੀਂ ਕਿ ਉਹਦੀ ਮੰਗ ਸਾਰੀ ਜਾਇਜ਼ ਹੈ ਜੀ ਬਲਦ ਸਾਹਿਬ ਕੱਲ ਇੱਕ ਤੁਸੀਂ ਚਿੱਠੀ ਵੀ ਲਿਖੀ ਸੀਗੀ ਨੰਦੇੜ ਸਾਹਿਬ ਦੀ ਫਲਾਈਟ ਨੂੰ ਮੁਤਲਕ ਤਾਂ ਇਸ ਦੇ ਉੱਤੇ ਕੀ ਤੁਸੀਂ ਟਿੱਪਣੀ ਕਰਨਾ ਚਾਹੁੰਦੇ ਹੋ ਕਿ ਜਿਹੜੀ ਤੁਸੀਂ ਫਲਾਈਟ ਦਾ ਕਿਰਾਇਆ ਜਿਹੜਾ ਸਸਤਾ ਹੋਵੇ ਅੰਮ੍ਰਿਤਸਰ ਤੋਂ ਦੇਖੋ ਮੈਂ ਕੱਲ ਪ੍ਰਧਾਨ ਮੰਤਰੀ ਜੀ ਨੇ ਅਨਾਉਂਸ ਕੀਤਾ ਸੀ ਕਿ ਅੰਮ੍ਰਿਤਸਰ ਵਾਲੀ ਫਲਾਈਟ ਅਸੀਂ ਚਾਲੂ ਕਰਾਂਗੇ ਅੰਮ੍ਰਿਤਸਰ ਤੋਂ ਨਦੇੜ ਸਾਹਿਬ ਕਿਉਂਕਿ ਬੜੇ ਚਿਰ ਦੀ ਮੰਗ ਸੀ ਸਾਡੀ ਸੰਗਤ ਦੀ ਔਰ 2017 ਚ ਮੈਂ ਬੜੀ ਮਿਹਨਤ ਦੇ ਨਾਲ ਇਹ ਫਲਾਈਟ ਇੱਥੋਂ ਅੰਮ੍ਰਿਤਸਰ ਤੋਂ ਪਹਿਲੀ ਫਲਾਈਟ ਨਦੇੜ ਸਾਹਿਬ ਨੂੰ ਚਲਵਾਈ ਸੀ ਜਿਹੜੀ ਮੁੜ ਕੇ ਕੋਰੋਨਾ ਦੇ ਜਾ ਕੇ ਉਹ ਫਲਾਈਟ ਜਿਹੜੀ ਹੈ ਬੰਦ ਹੋ ਗਈ ਰੁਗੀ ਸੀ ਫਿਰ ਥੋੜਾ ਚਿਰ ਚੱਲੀ ਫਿਰ ਬੰਦ ਹੋ ਗਈ ਸੋ ਹੰਡ ਡਿਮਾਂਡ ਸੀ ਬੜੀ ਮੈਂ ਲਾਸਟ ਵੀ ਜਿਹੜੇ ਹੁਣ ਜਿਹੜੇ ਮੰਤਰੀ ਨੇ ਹਵਾਈ ਪਿਆ ਜੀ ਮੰਤਰੀ ਨੂੰ ਮੈਂ ਉਹਨਾਂ ਨੂੰ ਮਿਲ ਕੇ ਆਇਆ ਸੀ ਉਦੋਂ ਮੈਂ ਡਿਮਾਂਡ ਕਰਕੇ ਆਇਆ ਸੀ ਇਹ ਕਰੀਬ ਜੂਨ ਜੁਲਾਈ ਦੀ ਗੱਲ ਹੈ ਸੋ ਉਹਨਾਂ ਨੇ ਵੀ ਉਦੋਂ ਮੇਰੇ ਨੂੰ ਵਿਸ਼ਵਾਸ ਦਿਵਾਇਆ ਸੀ ਜਦੋਂ ਕੱਲ ਪ੍ਰਾਈਮ ਮਿਨਿਸਟਰ ਸਾਹਿਬ ਦਾ ਇਹ ਮੈਂ ਬਿਆਨ ਸੁਣਿਆ ਤੇ ਮੈਂ ਉਹਨਾਂ ਨੂੰ ਚਿੱਠੀ ਲਿਖੀ ਕਿ ਜੇ ਹੁਣ ਕਰਨਾ ਹੀ ਇਹ ਤੇ ਕਿਰਾਇਆ ਬਿਲਕੁਲ ਜਾਇਜ਼ ਰੱਖਿਓ ਕਿਉਂਕਿ ਕਿਰਾਇਆ ਬਹੁਤ ਜ਼ਿਆਦਾ ਕਰਤਾ ਸੀ ਇਹਨਾਂ ਨੇ ਇੱਥੋਂ ਅਪ ਡਾਊਨ 18-18000 15-15000 ਹੁਣ ਜੇ 5 5 ਲੋਕ ਘਰ ਦੇ ਕਿਉਂਕਿ ਇਹ ਕੋਈ ਇਕੱ ਇੱਥੇ ਇੱਕ ਟੂਰਿਸਟ ਹੱਬ ਵੀ ਨਹੀਂ ਕਿ ਇੱਕ ਆਸਥਾ ਦਾ ਕੇਂਦਰ ਹੈ ਇੱਥੇ ਲੋਕ ਜਦੋਂ ਜਾਣਾ ਪਰਿਵਾਰ ਨਾਲ ਜਾਣਾ ਹੈ ਤੇ ਪਰਿਵਾਰ ਦੇ ਪੰਜ ਛੇ ਜੀ ਜਾਣਗੇ ਤੇ 15000 ਨਾਲ 90000 ਰੁਪਏ ਲੱਗ ਜਾਂਦਾ ਤੇ ਫਿਰ ਜੋ ਉਹ ਫਿਰ ਟ੍ਰੇਨ ਪ੍ਰੈਫਰ ਕਰਦੇ ਨੇ ਟ੍ਰੇਨ ਤੇ ਸਾਰੇ ਮਤਲਬ 15-20000 ਰੁਪਏ 60 30000 ਟਿਕਟ ਲੱਗ ਜੇਗੀ ਜੇ ਏਸੀ ਵੀ ਆਉਣਗੇ ਸੋ ਇਸ ਕਰਕੇ ਫਰਕ ਬੜਾ ਹੈ ਸੋ ਉਹਨਾਂ ਨੂੰ ਕਿਹਾ ਸੀ ਜਿਹਦਾ ਕਿਰਾਇਆ ਜਿਹੜਾ ਹੈ ਇਹ ਕੈਪ ਰੱਖੋਗੇ ਇਹ 10-12000 ਤੋਂ ਵੱਧ ਅਪ ਡਾਊਨ ਨਾ ਹੋਵੇ ਸੋ ਫਿਰ ਫਲਾਈਟ ਫੁੱਲ ਵੀ ਜਾਏਗੀ ਲੋਕਾਂ ਲਈ ਇਕਨੋਮਿਕਲੀ ਠੀਕ ਰਹੇਗੀ ਸੇਮ ਮੰਗ ਕੀਤੀ ਸਭ ਪਿਛਲੇ ਦਿਨਾਂ ਦੇ ਵਿੱਚ ਇੱਕ ਭਾਰਤੀ ਜਨਤਾ ਪਾਰਟੀ ਜਿਹੜੇ ਉਮੀਦਵਾਰ ਸੰਧੂ ਸਾਹਿਬ ਸਾਹਬ ਕਮਬੈਸਡਰ ਵੀ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਇਸ ਤਰ੍ਹਾਂ ਸਵਾਲ ਜੇ ਚੱਲ ਰਹੇ ਸੀ ਉਹਨਾਂ ਨੇ ਇਹ ਪੁੱਛਿਆ ਗਿਆ ਕਿ ਕਹਿੰਦਾ ਕਿ ਅੰਮ੍ਰਿਤਸਰ ਦੇ ਲਈ ਜੋ ਕੋਈ ਪ੍ਰੋਜੈਕਟ ਲੈਉਣੇ ਨੇ ਤਾਂ ਅਸੀਂ ਉਹ ਕੇਂਦਰ ਸਰਕਾਰ ਦੇ ਨਾਲ ਜਾਂ ਓਇਲਾ ਸਾਹਿਬ ਅਸੀਂ ਰਲ ਕੇ ਇਕੱਠੇ ਚੱਲ ਜੇ ਹੋ ਸਕਦਾ ਹੈ ਤੁਸੀਂ ਜਾ ਸਕਦੇ ਹਾਂ ਅਸੀਂ ਇਹ ਸਵਾਲ ਪੁੱਛਿਆ ਸੀ ਕਿ ਪੂਰੀ ਸਾਹਿਬ ਦਾ ਓਇਲਾ ਸਾਹਿਬ ਦੇ ਨਾਲ ਰਿਲੇਸ਼ਨ ਅੱਛੇ ਸੀ ਉਹ ਇਕੱਠੇ ਕੰਮ ਕਰਦੇ ਰਹੇ ਨੇ ਜੋ ਵੀ ਕਿਉਂਕਿ ਉਹ ਕੇਂਦਰੀ ਮੰਤਰੀ ਤਾਂ ਉੱਥੇ ਸੰਧੂ ਸਾਹਿਬ ਨੇ ਕਿਹਾ ਕਿ ਅਸੀਂ ਵੀ ਅੰਮ੍ਰਿਤਸਰ ਦੀ ਬਿਹਤਰੀ ਲਈ ਇਕੱਠੇ ਚੱਲਣ ਨੂੰ ਤਿਆਰ ਆ ਤੁਸੀਂ ਇਸ ਟਿੱਪਣੀ ਨੂੰ ਕਿਵੇਂ ਦੇਖਦੇ ਸਰਮਜੀਤ ਸਿੰਘ ਸੰਧੂ ਚੰਗੇ ਲਿੰਕ ਨੇ ਵਿਦੇਸ਼ ਸਭਾਵਾਂ ਦੇ ਵਿੱਚ ਬੜੇ ਉੱਚਾ ਦਿਆਂ ਤੇ ਬਿਲਕੁਲ ਮੈਂ ਖੁਦ ਵੀ ਉਹਨਾਂ ਨੂੰ ਮਿਲ ਕੇ ਆਇਆ ਸੀ ਔਰ ਮੈਂ ਗਿਆ ਸੀ ਚਲੋ ਕਿਉਂਕਿ ਇੱਕ ਜੈਸਚਰ ਮੈਂ ਸੋਚਿਆ ਕਿ ਚਾਹੇ ਅਸੀਂ ਜਿੱਤਦੇ ਆ ਜਾਂ ਕੋਈ ਵੀ ਆ ਉਹਦਾ ਕੋਈ ਮੈਟਰ ਨਹੀਂ ਹੋਣਾ ਚਾਹੀਦਾ ਹੁਣ ਅਸੀਂ ਬਣ ਗਏ ਅਸੀਂ ਸਾਰੇ ਨੇ ਮੈਂ ਉਹਨਾਂ ਨੂੰ ਵੀ ਕਿਹਾ ਸੀ ਮੈਂ ਕਿਹਾ ਚਲੋ ਠੀਕ ਹੈ ਕਿਉਂਕਿ ਤੁਹਾਡੇ ਕੋਲ ਵੀ ਤਜਰਬਾ ਹੈ ਤੁਸੀਂ ਐਮਬੈਸਡਰ ਰਹੇ ਜੇ ਤੇ ਜਿਹੜੀਆਂ ਗੱਲਾਂ ਤੁਸੀਂ ਕਰਦੇ ਆਪਾਂ ਹੁਣ ਪੂਰੀਆਂ ਕਰ ਲੈਣੇ ਆ ਤੁਸੀਂ ਮੈਂਬਰ ਪਾਰਲੀਮੈਂਟ ਚਾਹੇ ਮੈਂ ਬਣਿਆ ਤੁਸੀਂ ਮੈਨੂੰ ਦੱਸੋ ਜਿਹੜੀ ਵੀ ਤੁਹਾਨੂੰ ਕੋਈ ਕੰਮ ਪੂਰਾ ਕਰਨ ਵਾਸਤੇ ਕਿਸੇ ਚੀਜ਼ ਦੀ ਮੇਰੇ ਵੱਲੋਂ ਲੋੜ ਹੈ ਐਜ਼ ਅ ਮੈਂਬਰ ਪਾਰਲੀਮੈਂਟ ਕਿਉਂਕਿ ਕੰਮ ਤੇ ਸਾਰੇ ਮੈਂਬਰ ਪਾਰਲੀਮੈਂਟ ਦੇ ਹੈਡ ਰੇਟ ਹੋਣੇ ਨੇ ਤੇ ਮੈਂ ਤੁਹਾਡੇ ਨਾਲ ਚੱਲਣ ਨੂੰ ਵੀ ਤਿਆਰ ਆ ਜੋ ਕੋ ਚਾਹੋਗੇ ਮੇਰੇ ਨੂੰ ਪੂਰਨ ਤੌਰ ਤੇ ਇਸ ਗੱਲ ਦੀ ਸਪੋਰਟ ਹੈ ਤੁਸੀਂ ਇਹ ਨਹੀਂ ਕਹਿਣਾ ਕਿ ਮਤਲਬ ਮੈਂਬਰ ਪਾਰਲੀਮੈਂਟ ਨਹੀਂ ਮਿਲਿਆ ਜਾਂ ਅਸੀਂ ਨਹੀਂ ਜਾ ਸਕੇ ਸਾਡਾ ਤੁਹਾਡਾ ਗ੍ਰੇਸ ਤਾਂ ਉਹਨਾਂ ਨੇ ਵੀ ਵਾਪ ਪੱਕੀ ਰਵਈਆ ਰੱਖਿਆ ਕਿ ਬਿਲਕੁਲ ਆਪਾਂ ਰਲ ਕੇ ਜਿੱਥੇ ਲੋੜ ਹੋਊਗੀ ਜੀ ਤੁਹਾਨੂੰ ਦੱਸਾਂਗੇ ਜਿੱਥੇ ਸਾਨੂੰ ਲੋੜ ਹੈ ਜੀ ਉਹਨਾਂ ਨੂੰ ਵੀ ਦੱਸਾਂਗੇ ਤੁਹਾਨੂੰ ਕੋਈ ਇਹੋ ਜਿਹੀ ਚੱਕਣੀ ਹੈ ਨਹੀਂ ਚੱਕ ਕਿਉਂ ਹੈ ਜਮਰਸਰ ਆਸਤੇ ਕੋਈ ਚੱਕਣੀ ਕੀ ਤੁਹਾਨੂੰ ਪਹਿਲਾਂ ਪਤਾ ਮੇਰਾ ਤੇ ਕੰਮ ਕਰਨ ਦਾ ਤਰੀਕਾ ਹੀ ਇਹ ਹੈ ਕਿ ਅਸੀਂ ਜਿੱਥੇ ਵੀ ਕੰਮ ਹੋਊ ਉਹਨੂੰ ਹੀ ਦਰਵਾਜ਼ਾ ਖੜਕਾ ਲਈਦਾ ਚਾਹੇ ਸਟੇਟ ਗਵਰਨਮੈਂਟ ਹੈ ਤੇ ਚਾਹੇ ਸੈਂਟਰਲ ਗਵਰਨਮੈਂਟ ਹੈ ਇੱਕ ਹੋਰ ਤੁਹਾਡਾ ਡ੍ਰੀਮ ਪ੍ਰੋਜੈਕਟ ਸੀ ਜਿਸ ਨੂੰ ਲੈ ਕੇ ਤੁਸੀਂ ਬੜਾ ਗਟਕਰੀ ਸਾਹਿਬ ਨੂੰ ਵੀ ਲੈ ਕੇ ਆਏ ਸੀ ਅੰਮ੍ਰਿਤਸਰ ਕਟੜਾ ਜੰਮੂ ਜਿਹੜਾ ਹਾਈਵੇ ਦਿੱਲੀ ਹਾਈਵੇ ਹੈ ਜੀ ਉਸ ਦੀ ਹੁਣ ਕੀ ਸਿਚੁਏਸ਼ਨ ਹੈ ਅੱਜ ਤੋਂ 2 ਮਹੀਨੇ ਪਹਿਲਾਂ ਤੁਸੀਂ ਜਦੋਂ ਮੈਂਬਰ ਪਾਰਲੀਮੈਂਟ ਤੀਸਰੀ ਵਾਰੀ ਬਣੇ ਤਾਂ ਇਹ ਮੁੱਦੇ ਨੂੰ ਫੇਰ ਇੱਕ ਵਾਰੀ ਉਠਾਇਆ ਸੀ ਕਿਉਂਕਿ ਸ਼ਾਇਦ ਜ਼ਮੀਨਾਂ ਨਹੀਂ ਸੀ ਐਕਵਾਇਰ ਹੋਈਆਂ ਜੀ ਹੁਣ ਕਿਸ ਲੈ ਉਹਦੇ ਚ ਸਟੇਟ ਗਵਰਨਮੈਂਟ ਦੀ ਬਹੁਤ ਵੱਡੀ ਨਲਾਇਕੀ ਹੈ ਉਹ ਜ਼ਮੀਨਾਂ ਨਹੀਂ ਐਕਵਾਇਰ ਕਰ ਰਹੀ ਉਹਨਾਂ ਦਾ ਧਿਆਨ ਵੀ ਨਹੀਂ ਹੈਗਾ ਔਰ ਇਹਦੇ ਵਾਸਤੇ ਥੋੜੀ ਸਖਤਾਈ ਪਨਾਉਣੀ ਪੈਂਦੀ ਹੁੰਦੀ ਹੈ ਜੀ ਸਰਕਾਰ ਨਹੀਂ ਅਪਣਾ ਰਹੀ ਜੇ ਕੋਈ ਮਸਲੇ ਨੇ ਤਾਂ ਉਹਨਾਂ ਦੇ ਹੱਲ ਵੀ ਨਹੀਂ ਕਰ ਰਹੀ ਉਤੇ ਉਹਦੇ ਕਰਕੇ ਸਾਨੂੰ ਬੜਾ ਵੱਡਾ ਨੁਕਸਾਨ ਪੰਜਾਬ ਨੂੰ ਝੱਲਣਾ ਪੈ ਰਿਹਾ ਕਿਉਂਕਿ ਉਹ ਪ੍ਰੋਜੈਕਟ ਕੰਪਲੀਟ ਹੁੰਦੇ ਉਹ ਪੈਸਾ ਲੋਕਾਂ ਚੋਂਦਾ ਤੇ ਇੱਕ ਸਾਡੀ ਇਕਨੋਮੀ ਜਿਹੜੀ ਹੈ ਬੂਸਟ ਹੁੰਦੀ ਹੈ ਅੱਜ ਤੁਸੀਂ ਵੇਖੋੜਾ 20-20 ਲੱਖ ਦਾ ਏਕੜ ਸੀ ਕਿਤੇ ਵੀ ਸੀ ਉਹ ਕਿਤੇ ਵੀ 30-35 ਤੋਂ ਘਟਿਆ ਇਸ ਵੇਲੇ ਜ਼ਮੀਨ ਪੰਜਾਬ ਚ ਨਹੀਂ ਹੈ ਜਿਹੜੀ ਕਿ 10-15 ਦੀ ਉਹ ਵੀ 20-20 ਲੱਖ ਰੁਪਏ ਮਹਿੰਗੀ ਹੋ ਗਈ ਉਹ ਸਿਰਫ ਇੱਕ ਹਾਈਵੇ ਦੇ ਆਉਣ ਕਰਕੇ ਇਨਵੈਸਟਮੈਂਟ ਬਾਹਰੋਂ ਆ ਗਈ ਜਦੋਂ ਹਾਈਵੇ ਆਇਆ ਤੇ ਵੱਡੇ ਵੱਡੇ ਲੋਕ ਵੀ ਵਪਾਰੀ ਵੀ ਆ ਜਾਂਦੇ ਆ ਕਿ ਜੇ ਹਾਈਵੇ ਬਣ ਗਏ ਨੇ ਤੇ ਕਾਰੋਬਾਰ ਵੀ ਹੋਏਗਾ ਪੰਜਾਬ ਵੈਸੇ ਵੀ ਤੁਹਾਨੂੰ ਪ ਤਰੱਕੀ ਵਾਲਾ ਸੂਬਾ ਆ ਇੱਥੋਂ ਦੇ ਲੋਕ ਬਹੁਤ ਖੁਸ਼ਹਾਲ ਨੇ ਔਰ ਬੜੀ ਮਿਹਨਤੀ ਕਾ ਸ਼ਲੋਗ ਨੇ ਸੋ ਇਸ ਕਰਕੇ ਲੋਕ ਵੀ ਇਨਾਂ ਦਾ ਵਪਾਰ ਇੱਥੇ ਕਰਨਾ ਚਾਹੁੰਦੇ ਨੇ ਸੋ ਇਹ ਜ਼ਮੀਨਾ ਅਕਵਾਇਰ ਕਰਨ ਚ ਸਰਕਾਰ ਦੀ ਨਲੈਕੀ ਹੋਈ ਹੈ ਜਿਹਦੇ ਕਰਕੇ ਪ੍ਰੋਜੈਕਟ ਦੇਰੀ ਹੋ ਰਹੀ ਹੈ ਔਰ ਅਮਰਸਰ ਦੇ ਵਿੱਚ ਜਿਹੜੇ ਪ੍ਰੋਜੈਕਟ ਸੀ ਉਹ ਅਸੀਂ ਤਕਰੀਬ ਕੰਪਲੀਟ ਕਰਾ ਲਏ ਨੇ ਦੋ ਰਹਿ ਗਏ ਨੇ ਇੱਕ ਬੱਲੇ ਵਾਲਾ ਇੱਕ ਲੋਹਾਰ ਕਾ ਰੋਡ ਹੈ ਜਿਹੜਾ ਦਬੁਰਜੀ ਵਾਲਾ ਸੀ ਉਹ ਕੰਪਲੀਟ ਹੋ ਗਿਆ ਔਰ ਜਿਹੜਾ ਲੋਹਾਰਕਾ ਰੋਡ ਆ ਉਹਦੀ ਵੀ ਫਾਈਲ ਹੁਣ ਇਹਨਾਂ ਨੇ ਕਮੇਟੀ ਜਦੋਂ ਵੀ ਹੁਣ ਫਾਈਨੈਂਸ਼ੀਅਲ ਉਹਨਾਂ ਦੀ ਬੈਗ ਵਿੱਚ ਸਾਈਨ ਹੋਣਾ ਕਿਉਂਕਿ ਉਹ ਅਪਰੂਵ ਹੋ ਗਈ ਸਾਰੀ ਓਕੇ ਪਿੱਲਰ ਤੇ ਬਣੇਗਾ ਤੇ ਵੱਲੇ ਵਾਲਾ ਵੀ ਸੇਮ ਉੱਥੇ ਹੀ ਮੀਟਿੰਗ ਦੇ ਵਿੱਚ ਕਲੀਅਰ ਹੋਣਾ ਮੇਬੀ ਅੱਜ ਇਲੈਕਸ਼ਨਾਂ ਕਰਕੇ ਥੋੜੀ ਡਿਲੇ ਐ ਆ ਪਰਲਮੈਂਟ ਜਦੋਂ ਸ਼ੁਰੂ ਹੋ ਜਾਏਗਾ ਉਹਦੀ ਦੋਨੋਂ ਹੀ ਇਹ ਸਾਈਨ ਹੋ ਜਾਣਗੀਆਂ ਫਾਈਲ ਤਾਂ ਤੁਹਾਨੂੰ ਲਗਾਤਾਰ ਤੁਸੀਂ ਇਹਨਾਂ ਨਾਲ ਕੰਟੈਕਟ ਦੇ ਵਿੱਚ ਰਹਿੰਦੇ ਹੋ ਅਥਾਰਟिटीज ਦੇ ਇਹ ਮੇਰੀ ਜ਼ਿੰਮੇਵਾਰੀ ਹੈ ਦੇਖੋ ਲੋਕਾਂ ਨੇ ਜਦੋਂ ਵੋਟ ਪਾਤੀ ਸੀ ਉਦੋਂ ਤੋਂ ਜ਼ਿੰਮੇਵਾਰੀਆਂ ਸਾਰੀਆਂ ਮੇਰੇ ਮੋਢੇ ਤੇ ਪ ਤਾਂ ਮੀਹ ਦੇ ਕਿ ਇਹ ਛੇਤੀ ਪੂਰਨ ਹੋ ਜੀਗਾ ਚਾਹੁੰਦੇ ਹਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਹੈ ਥੈਂਕ ਯੂ ਤਾਂ ਅਮਰ ਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਓਇਲਾ ਬੜਾ ਸਾਫ਼ ਇਤਰਾਜ਼ ਜ਼ਾਹਿਰ ਕੀਤਾ ਹੈ ਉਹਨਾਂ ਨੇ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਜੋ ਪਾਕਿਸਤਾਨ ਦੀ ਸਰਕਾਰ ਨੇ ਟਿੱਪਣੀ ਕੀਤੀ ਔਰ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਭਾਰਤ ਸਰਕਾਰ ਨੂੰ ਵੀ ਦਬਾਅ ਪਾਉਣਾ ਪਾਉਣਾ ਚਾਹੀਦਾ ਹੈ ਪਾਕਿਸਤਾਨ ਸਰਕਾਰ ਐ ਮਾਫੀ ਮੰਗੇ ਕਿਉਂਕਿ ਗੁਰਜੀਤ ਸਿੰਘ ਓਇਲਾ ਕੋਡ ਦੇ ਵਿਦੇਸ਼ ਮਾਮਲਿਆਂ ਦੇ ਉੱਤੇ ਜਿਹੜੀ ਇੱਕ ਹਾਈ ਪਾਵਰ ਕਮੇਟੀ ਬਣੀ ਹੈ ਉਸ ਦੇ ਇਹ ਮੈਂਬਰ ਨੇ ਕਾਂਗਰਸ ਪਾਰਟੀ ਵੱਲੋਂ ਤਾਂ ਇਸ ਮੁੱਦੇ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਦੇ ਵੱਖ-ਵੱਖ ਜਿਹੜੇ ਆਗੂ ਨੇ ਜਾਂ ਬੁੱਧੀਜੀਵੀ ਵਰਗਾਂ ਉਹਨਾਂ ਵੱਲੋਂ ਤਿੱਖਾ ਇਤਰਾਜ਼ ਪ੍ਰਗਟ ਕੀਤਾ ਜਾ ਰਿਹਾ ਹੈ ਕੈਮਰਾ ਪਰਸਨ ਮੁਕੇਸ਼ 바ਵਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸੂਰਤ ਟੀਵੀ ਅੰਮ੍ਰਿਤਸਰ